ਸਤਰੀ ਕਾਲੀ ਸਾਰੇ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਕਹਾਣੀ ਸੁਖਦੇਵ ਦਾ ਮਨ ਵਿਗੜਿਆ ਦੇਰ ਨਾਲ ਲੱਗੀ ਕੀ ਕਹਿਣਾ ਕੋਈ ਭਲਾ ਪੁਰਸੀ ਬਚ ਜਾਵੇ ਨਹੀਂ ਤਾਂ ਹਰੇਕ ਲਾਲਚ ਦੀ ਚੱਕੀ ਨੂੰ ਹੱਥ ਪਾ ਹੀ ਲੈਂਦਾ ਭਾਵੇਂ ਸੁਖਦੇਵ ਸਿੰਘ ਆਪ ਇਸ ਨਰਕ ਦੇ ਵਪਾਰ ਚ ਨਾ ਹੀ ਫਸਦਾ ਪਰ ਇੱਕ ਆਪਣੀ ਅਮੀਰੀ ਤੋਂ ਉੱਚੀ ਕਰਨ ਦਾ ਫਿਕਰ ਤੇ ਦੂਜੀਆਂ ਦੋਸਤਾਂ ਦੀਆਂ ਹੁੰਜਾਂ ਕਿੱਥੇ ਟਿਕਣ ਦਿੰਦੀਆਂ ਨੇ ਜਦੋਂ ਵੀ ਸੁਖਦੇਵ ਕਿਤੇ ਮਹਿਫਿਲ 'ਚ ਬੈਠਾ ਹੁੰਦਾ ਤਾਂ ਯਾਰ ਬੇਲੀ ਕਹਿਣ ਲੱਗਦੇ ਓਏ ਜਾ ਯਾਰ ਤੇਰਾ ਵੀ ਕੋਈ ਫਾਇਦਾ ਨਹੀਂ ਤੇਰੀ ਸਰਕਾਰੀ ਦਰਬਾਰੇ ਐਨੀ ਪਹੁੰਚ ਆ ਤੂੰ ਫਿਰ ਵੀ ਡਰੀ ਜਾਂਦਾ ਜੇ ਇੱਕ ਚੁੱਪ ਕਰਦਾ ਤਾਂ ਨਾਲ ਦੀ ਨਾਲ ਦੂਜਾ ਬੋਲ ਪੈਂਦਾ ਇੱਕ ਦਿਨ ਕੋਲ ਬੈਠੇ ਕਰਨੈਲ ਨੇ ਸੁਖਦੇਵ ਨੂੰ ਚਾਬੀ ਭਰਦਿਆਂ ਕਿਹਾ ਜੇ ਕਿਤੇ ਸਾਡੀ ਐਨੀ ਚੱਲਦੀ ਹੁੰਦੀ ਤਾਂ ਹੁਣ ਨੂੰ ਕਦੋਂ ਦੀਆਂ ਸੋਨੇ ਦੀਆਂ ਕੰਦਾ ਬਣਵਾਈਆਂ ਹੁੰਦੀਆਂ ਆ ਟੁੱਟੀ ਜੀ ਕਾਰ ਤਾਂ ਮਿੰਟਾਂ 'ਚ ਬਦਲੀ ਹੁੰਦੀ ਕਿਸੇ ਯਾਰ ਮਿੱਤਰ ਦੀ ਦਿੱਤੀ ਪੁੱਠੀ ਸਲਾਹ ਬੜਾ ਛੇਤੀ ਅਸਰ ਕਰਦੀ ਹੈ ਸੁਖਦੇਵ ਦਿਨੇ ਹੀ ਸੁਫਨੇ ਦੇਖਣ ਲੱਗ ਪਿਆ ਤੇ ਉਸ ਨੂੰ ਪਤਾ ਨਹੀਂ ਲੱਗਾ ਕਿ ਕਦੋਂ ਉਹਨੇ ਨਸ਼ੇ ਦੇ ਵਪਾਰੀਆਂ ਨਾਲ ਹੱਥ ਮਿਲਾ ਲਿਆ ਦਿਨਾਂ 'ਚ ਵੱਡੀਆਂ ਕਾਰਾਂ ਵੇਲੇ ਕੁਵੇਲੇ ਸੁਖਦੇਵ ਦੇ ਘਰ ਮੋਰੇ ਗੇੜੇ ਮਰਨ ਲੱਗ ਪਈਆਂ ਜਦੋਂ ਕਦੇ ਸੁਖਦੇਵ ਦੀ ਪਤਨੀ ਮਿੱਤੋ ਇਕਲੌਤੇ ਪੁੱਤ ਦਾ ਵਾਸਤਾ ਪਾ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਅੱਗੋ ਸੁਖਦੇਵ ਦੇ ਚਾਰੇ ਪੈਰ ਚੁੱਕ ਕੇ ਕਹਿੰਦਾ ਨਾ ਆਪਾਂ ਕਿਹੜਾ ਕਿਸੇ ਨੂੰ ਸਮਾਨ ਧੱਕੇ ਨਾਲ ਦਿੰਨੇ ਆ ਜੀਨੂੰ ਲੋੜ ਹੁੰਦੀ ਹੈ ਉਹ ਆਪ ਹੀ ਬਾਪੂ ਕਹਿ ਕੇ ਲੈ ਜਾਂਦਾ ਜਾਂ ਐਸ਼ ਕਰ ਐਵੇਂ ਨਾ ਡਰਿਆ ਕਰ ਇਹ ਅਮੀਰ ਜ਼ਾਦਿਆਂ ਦੇ ਸ਼ੌਂਕ ਨੇ ਜੇ ਆਪਾਂ ਨਹੀਂ ਦੇਵਾਂਗੇ ਤਾਂ ਹੋਰ ਕੀ ਤੋਂ ਲੈ ਆਉਣਗੇ ਮਾਸਾ ਤਾਂ ਖੁੱਲੀ ਕਮਾਈ ਕਰਨ ਦਾ ਵੇਲਾ ਆ ਏ ਸੁਣ ਕੇ ਮਿੱਤੋ ਬੇਵਸ ਹੋ ਜਾਂਦੀ ਤੇ ਮਨ ਵਿੱਚ ਸੋਚਦੀ ਜੋ ਕਮਾਈ ਕਿਸੇ ਦਾ ਘਰ ਪੱਟ ਕੇ ਕੀਤੀ ਜਾਵੇ ਉਹ ਵੀ ਭਲਾ ਕਿਸੇ ਦੇ ਕੀਵੇਂ ਰਾਸ ਆ ਸਕਦੀ ਆ ਜਦੋਂ ਵੀ ਕੋਈ ਦੂਰੋਂ ਨੇੜੇੋਂ ਨੌਜਵਾਨ ਸੁਖਦੇਵ ਸਿੰਘ ਕੋਲ ਆਉਂਦਾ ਤਾਂ ਮਿੱਤੋ ਆਪਣੇ लाडले ਪੁੱਤ ਜਸਕਰਨ ਨੂੰ ਬਹਾਨੇ ਨਾਲ ਅੰਦਰ ਬੁਲਾ ਲੈਂਦੀ ਉਹਨੂੰ ਡਰ ਸੀ ਕਿਤੇ ਉਹ ਨਾ ਕਿਤੇ ਇਸ ਚੰਦਰੀ ਹਵਾ ਦੀ ਲਪੇਟ ਵਿੱਚ ਆ ਜਾਵੇ ਜਿਵੇਂ ਕਹਿੰਦੇ ਹੁੰਦੇ ਆ ਨਾ ਜਿਹੋ ਜਿਹਾ ਬੀਜਾਂਗੇ ਇਹੋ ਜਿਹੀ ਵੱਡਾਂਗੇ ਹੋਇਆ ਵੀ ਉਹੀ ਮਨ ਵਿੱਚ ਜੋ ਡਰ ਸੀ ਮਿੱਤੋ ਤੇ ਸੁਖਦੇਵ ਨੂੰ ਤਾਂ ਪਤਾ ਹੀ ਨਾ ਲੱਗਾ ਕਿ ਕਦੋਂ ਬੇਗਾਨੇ ਘਰਾਂ ਵੱਲ ਛੁੱਟੀ ਗਈ ਅੱਗ ਦੀਆਂ ਲਾਟਾਂ ਉਹਨਾਂ ਦੇ ਘਰ ਵੱਲ ਮੂੰਹ ਕਰ ਲਿਆ ਤੇ ਕੱਚੀ ਉਮਰ ਵਿੱਚ ਜਿਸ ਕਾਰਨ ਉਸ ਰਾਹ ਵੱਲ ਤੁਰਿਆ ਜੋ ਉਹਨੇ ਆਪਣੇ ਘਰ ਤੋਂ ਕਿਸੇ ਹੋਰ ਦੇ ਘਰ ਚੋਂ ਹੀ ਹੁੰਦਿਆ ਹੋਇਆ ਸੀਵਿਆਂ ਵੱਲ ਜਾਂਦਾ ਸੀ ਆਪਣੇ ਮਾਪਿਆਂ ਤੋਂ ਚੋਰੀ ਉਹ ਘਰ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਵਿੱਚ ਕਦੋਂ ਚੁੱਭੀ ਲਾ ਬੈਠਾ ਉਸ ਨੇ ਕਿਸੇ ਨੂੰ ਵੀ ਭਿੰਨਕ ਨਹੀਂ ਸੀ ਲੱਗਣ ਦਿੱਤੀ ਇਹ ਤਾਂ ਸਾਰਾ ਭੇਤ ਉਦੋਂ ਖੁੱਲਿਆ ਜਦੋਂ ਪਾਣੀ ਸਿਰ ਤੋਂ ਦੇ ਟੱਪ ਗਿਆ ਹੁਣ ਜਿਸ ਕਾਰਨ ਨਿੱਤ ਦੇ ਨਸ਼ੇ ਦਾ ਆਦੀ ਹੋ ਗਿਆ ਸੀ ਜਦੋਂ ਕਦੇ ਅੱਧੀ ਰਾਤ ਨੂੰ ਸੋਨੇ ਵਰਗਾ ਪੁੱਤਰ ਲੱਗਦੀ ਤੋੜ ਨਾਲ ਅੱਖਾਂ ਸਾਹਮਣੇ ਤੜਫਦਾ ਤਾਂ ਕਾਲਜੇ ਮੁਠੀਆਂ ਦੇ ਕੇ ਮਿੱਤੋ ਸੁਖਦੇਵ ਰੋਂਦੀ ਹੋਈ ਕਹਿੰਦੀ ਆਹ ਦੇਖ ਲੈ ਹਾਲ ਆਪਣੇ ਲਾਲ ਦਾ ਕੀ ਨੂੰ ਦੇਵੇਂਗਾ ਕਰਕੇ ਕਮਾਈਆਂ ਜਦੋਂ ਆਪਣਾ ਘਰ ਔਤਾਂ ਦਾ ਘਰ ਬਣ ਗਿਆ ਜੋ ਕੰਮ ਤੋਂ ਡਰਦੀ ਸੀ ਵੈਰੀਆ ਤੂੰ ਉਹੀ ਕਰ ਛੱਡਿਆ ਹਾੜੇ ਅਜੇ ਵੀ ਸਮਝ ਜਾ ਸੁਖਦੇਵ ਨੇ ਕੰਬ ਦੇ ਹੱਥਾਂ ਨਾਲ ਜਸ ਕਰਨ ਦੇ ਟੀਕਾ ਲਾ ਕੇ ਉਸ ਦੀ ਤੋੜ ਤਾਂ ਸ਼ਾਂਤ ਕਰ ਦਿੱਤੀ ਪਰ ਹੁਣ ਵੇਲਾ ਹੱਥੋਂ ਨਿਕਲ ਚੁੱਕਿਆ ਸੀ ਬੇਸ਼ੱਕ ਭਲੇ ਲੋਕ ਮੂੰਹ ਤੇ ਕੁਝ ਨਾ ਕਹਿੰਦੇ ਪਰ ਗੱਲਾਂ ਜ਼ਰੂਰ ਕਰਦੇ ਬਈ ਜੇ ਬੰਦਾ ਜਮਦੂਤ ਬਣ ਜਾਂਦਾ ਤਾਂ ਰੱਬ ਵੀ ਇਨਸਾਫ ਕਰਦਾ ਹੀ ਆ ਉਹਦੇ ਘਰ ਦੇਰ ਹੈ ਹਨੇਰਨੀ ਹੁਣ דוਹੀ ਜੀਆਂ ਦੇ ਕੇ ਕਿਵੇਂ ਭੱਜਦੇ ਫਿਰਦੇ ਆ ਜਦੋਂ ਆਪਣੇ ਤੇ ਪਈਆ ਨਾ ਉਦੋਂ ਨਹੀਂ ਸੀ ਪਤਾ ਜਦੋਂ ਲੋਕਾਂ ਦੇ ਜਵਾਕ ਪਟਦੇ ਸੀ ਅਜੇ ਕੁਝ ਹੀ ਦਿਨ ਲੰਗੇ ਸੀ ਕਿ ਜਿਸ ਕਰਨ ਵੀ ਜ਼ਿੰਦਗੀ ਤੋਂ ਹਾਰ ਗਿਆ ਸੁਖਦੇਵ ਨੂੰ ਆਪਣਾ ਜਵਾਨ ਪੁੱਤ ਦੇ ਸੀਵੇ ਦੇ ਸੇਕ ਨਾਲ ਨਾਲ ਉਹਨਾਂ ਨੌਜਵਾਨਾਂ ਦੇ ਠੰਡੇ ਹੋਏ ਸੀਵਿਆਂ ਦਾ ਸੇਕ ਵੀ ਲੱਗ ਰਿਹਾ ਸੀ ਜੋ ਕਦੇ ਇਸ ਪਾਪੀ ਦੀ ਬਦੌਲਤ ਬਲੇ ਹੋਏ ਸੀ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਸਹੀ ਗੱਲ ਹੈ ਜੋ ਬੀਜਾਂਗੇ ਉਹੀ ਵੱਡਾਂਗੇ ਮਿਲਦੇ ਹਾਂ ਜਿੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਾ ਦਾ ਖਿਆਲ ਰੱਖਿਓ ਜੀ